ਦੇਖੋ ਸੱਜਣੋ, ਸ਼ੇਰ ਵਰਗੇ ਕੁੱਤੇ ਆ, ਸ਼ੇਰ ਵਰਗੇ ਪੰਜੇ ਦੇਖੋ ਇਹਦੇ। ਇੱਕ ਆਹ ਦੇਖੋ ਗੱਦੀ ਡੋਗ, ਸਤਿ ਸ਼੍ਰੀ ਅਕਾਲ ਸੱਜਣੋ, ਅੱਜ ਤੁਹਾਨੂੰ ਦਿਖਾਉਣੇ ਆ ਗੱਦੀ ਡੋਗ। ਤੇ ਬਾਈ ਜੀ, ਉਹ ਦੂਸਰਾ ਕਿਹੜਾ ਹੈਗਾ ਕੁੱਤਾ ਆਪਣਾ? ਉਹ ਤਿਬਤਨ ਮੈਸਟਵ ਆ। ਕਿਹੜਾ? ਤਿਬਤਨ ਮੈਸਟਵ। ਤਿਬਤਨ ਮੈਸਟਨ ਮੈਸਟਵ। ਇਹ ਕਿਵੇਂ ਬਾਹਰ ਦੀ ਨਸਲ ਹੈਗੀ ਆ? ਇਹ ਵੀਰੇ ਪਹਿਲਾਂ ਆਪਣੇ ਇੱਥੇ ਤਿਬਤ ਤੇ ਪਾਏ ਜਾਂਦੇ ਸੀਗੇ। ਹਾਂਜੀ ਹਾਂਜੀ। ਤੇ ਹੁਣ ਕੁਛ ਮੰਨ ਕੇ ਚੱਲ ਬ੍ਰੀਡਰਾਂ ਨੇ ਆਪਣੇ, ਤੁਹਾਨੂੰ ਪਤਾ ਸ਼ੌਂਕੀ ਆ ਲੋਕ। ਹਾਂਜੀ। ਉਹਨਾਂ ਨੇ ਬਾਹਰ ਲੈ ਕੇ, ਬਾਹਰ ਲੈਣੇ ਸੋਧ ਕਰਕੇ ਹੁਣ ਇੰਡੀਆ ਨੂੰ ਫੇਰ ਪ੍ਰਮੋਟ ਕਰੀ ਜਾਂਦੇ ਅੰਪੋਰਟ। ਕੀ ਖਾਸੀਅਤ ਹੈ ਇਸਦੀ? ਇਹਦੀ ਖਾਸੀਅਤ ਇਹ ਆ ਜੀ, ਇੱਕ ਤਾਂ ਇਹ ਵਧੀਆ ਫੈਮਿਲੀ ਡੌਗ ਆ ਜੀ। ਹਾਂਜੀ। ਇੱਕ ਗਾਰਡ ਕਾ ਵਧੀਆ ਕੰਮ ਦਿੰਦਾ ਗਾ ਆਪਾਂ ਨੂੰ, ਰਾਖੀ ਵਾਸਤੇ ਬਹੁਤ ਜ਼ਿਆਦਾ ਚੰਗਾ। ਇਹ ਦੋਨੇ ਨਸਲਾਂ ਬਹੁਤ ਵਧੀਆ ਹੈਗਾ। ਵੈਸੇ ਤਾਂ ਇੰਡੀਅਨ ਬਰੀਡ ਆ ਕੇ ਜਿਹੜੀ ਆਪਣੇ ਗੱਦੀ ਵਾਜ ਦੇ, ਆਪਾਂ ਵੱਡੇ ਗੱਦੀ ਵੀ ਕਹਿ ਦਿੰਨੇ ਆ। ਹਾਂਜੀ, ਆਹ ਇੰਡੀਅਨ ਬਰੀਡ ਆ ਆਪਣੀ ਗੱਦੀ ਵਾਲੀ। ਇਹ ਪਿਓਰ ਇੰਡੀਅਨ ਬਰੀਡ ਆ। ਇਹ ਕਿੰਨੇ ਗੱਦੀ ਦਾ ਕਿੰਨੇ ਬੱਚੇ ਇਹ? ਇਹ 3.5 ਸਾਲ ਦੀ ਏਜ ਆ ਜੀ। ਰੇਟ ਦਾ ਤਾਂ ਬੱਚੇ ਦੀ ਕੁਆਲਿਟੀ ਦੇ ਹਿਸਾਬ ਨਾਲ ਹੈ। ਬੱਚੇ ਸੇ ਲਈ ਦੇ ਡਿਸਪਲੇ ਲਿਆਂਦੇ ਆ? ਹਾਂਜੀ, ਡਿਸਪਲੇ ਆ। ਤੇ ਜਿਹੜੇ ਇਹ ਆਹ ਹੈਗੀ, ਇਹਦੀ ਏਜ ਕਿੰਨੀ ਹੈ? ਇਹਦੀ ਏਜ 10 ਮਹੀਨੇ ਲਗਭਗ। 10 ਮਹੀਨੇ ਲਗਭਗ। ਹਾਂ। ਇਹਨਾਂ ਦੇ ਬੱਚੇ ਦੋਨਾਂ ਦੇ ਸੇਲ ਤੇ ਹੈਗੇ? ਨਹੀਂ, ਇਹਨਾਂ ਇਹਦੇ ਬੱਚੇ ਨਹੀਂ ਹਜੇ ਆਪਣੇ ਕੋਲੇ ਆਏ, ਇਹਦੇ ਬੱਚੇ ਹੈਗੇ ਆ। ਇਹ ਵੀ ਹੈਗੇ? ਇੱਥੇ ਵੀ ਹੈਗੇ ਆ। ਦੋਨੇ ਮੇਲ ਹੀ ਆ? ਇਹ ਦੋਨੇ ਮੇਲ ਹੀ ਆ ਜੀ। ਕੀ ਇਹਨਾਂ ਦੇ ਬੱਚਿਆਂ ਦਾ ਹੈਗਾ ਲੈਣੇ ਆ ਪ੍ਰਾਈਸ? ਉਹ ਕੁਆਲਿਟੀ ਦੇ ਹਿਸਾਬ ਨਾਲ ਹੀ ਆ ਜੀ। ਆਪਣਾ ਤੁਸੀਂ ਕਾਰਡ ਦੇਖ ਲਓ ਤੇ ਕਾਰਡ ਫਲੈਸ਼ ਕਰ ਦਿਓ ਤੁਸੀਂ ਸਕਰੀਨ ਤੇ, ਨੰਬਰ ਕੰਟੈਕਟ ਕਰ ਸਕਦੇ ਆ। ਠੀਕ ਹੈ। ਡੌਗ ਫਾਰਮ ਪਾਈ ਜਾਂਦਾ ਕਿਹੜੀ ਜਗ੍ਹਾ ਤੋਂ ਬਈ? ਇਹ ਕੋਟਲੀ ਅਬਲੂ ਤੇ ਬਗਰਾੜੀ ਬਗਰਾੜੀ ਦੇ ਰੱਖੇ ਆ ਜੀ। ਠੀਕ ਹੈ। ਆਪਾਂ ਡਿਲੀਵਰੀ ਵੀ ਕਰ ਦਿੰਨੇ ਆ, ਬੱਚਾ ਜੋ ਆਪਾਂ ਕਵਾਂਗੇ ਉਹੀ ਦੇਵਾਂਗੇ ਜੀ। ਜਿਹੜੀ ਕੁਆਲਿਟੀ ਦੇ ਕਹਿ ਕੇ ਆਪਾਂ ਪੈਸੇ ਲਏ ਆ, ਉਹੀ ਕੁਆਲਿਟੀ ਬੱਚੇ ਦੀ ਭੇਜਾਂਗੇ। ਡਿਲੀਵਰੀ ਚਾਰਜ ਅਲੱਗ ਹੋਣਗੇ। ਹਾਂਜੀ ਵੀਰੇ, ਜਿਹਨੇ ਵੀ ਲੈਣਾ ਹੋਇਆ ਡੋਗੇ ਆ, ਦੇਖ ਲਿਆ ਇਸ ਨੰਬਰ ਤੇ ਸੰਪਰਕ ਕਰ ਲਿਆ ਭਾਈਆਂ ਦਾ। 81 950 36 740। ਹਾਂਜੀ।